ਲਓ ਜੀ ਸਰ ਜੀ, ਇਹ ਦੇਖੋ ਜ਼ਰਾ, ਇਹ ਵੀਡੀਓ ਹੈ। ਇਹ ਇਹਦੀ ਲੰਬਾਈ ਹੈ ਜੀ 10 ਇੰਚ। ਅੱਛਾ, ਇਸ ਤਰ੍ਹਾਂ ਇਹਦੀ ਗਹਿਰਾਈ ਹੈ 9.5, ਔਰ ਇਸ ਤਰ੍ਹਾਂ ਹੈਗਾ 8 ਇੰਚ। ਠੀਕ ਹੈ, ਇਹ ਐਗਜੀਬਿਸ਼ਨ ਦਾ ਸੁਰਾਖ ਜਿਹੜਾ ਨਾ, ਐਗਜੀਬਿਸ਼ਨ ਦਾ ਸੁਰਾਖ ਹੈ। ਠੀਕ ਹੈ, ਇਹ ਬੜਾ ਵੀ ਹੋ ਸਕਦਾ ਨਹੀਂ, ਯਾਨੀ ਕਿ ਅਗਰ ਇਹਨੂੰ ਥੋੜ੍ਹਾ ਜਿਹਾ ਅਗਰ ਗਹਿਰਾ ਸੁਰਾਖ ਵੱਡਾ ਕਰਦੇ ਆ ਨਾ, ਤਾਂ ਇਹ ਤੁਹਾਡੇ ਸਾਡੇ ਕਾਕਟੇਲ 'ਚ ਵੀ ਚੱਲ ਜਾਏਗਾ, ਸਿਰਫ ਸੁਰਾਖ ਦੀ ਵਜ੍ਹਾ ਨਾਲ ਕਾਕਟੇਲ 'ਚ ਚੱਲ ਜਾਏਗਾ। ਠੀਕ ਹੈ, ਦੂਸਰਾ ਇਹ ਚੀਜ਼ ਆ ਗਈ ਜੀ, ਪਿੱਛੇ ਦਰਾਜ਼ ਹੈ, ਸਹੀ ਹੈ, ਇਹ ਜਾਲੀ ਲੱਗੀ ਹੋਈ ਹੈ, ਇਹ ਦੀ ਲੱਕੜ ਦੀ ਬੇਸ ਲੱਗੀ ਹੋਈ ਹੈ। ਠੀਕ ਹੈ, ਇਹ ਟੋਟਲ ਦੀ ਲੱਕੜ ਦੀ ਬੇਸ, ਪੌਣੀ ਦੀ ਬੇਸ ਲੱਗੀ ਲੱਕੜ ਦੀ, ਇਹ ਸਾਰਾ ਬਾਹਰ ਆ ਜਾਂਦਾ ਦਰਾਜ਼, ਇਹ ਚੀਜ਼ ਆ ਜਾਂਦੀ ਹੈ। ਠੀਕ ਹੈ, ਇਹ ਚੀਜ਼ ਆ ਜਾਂਦੀ ਹੈ। ਇਸ ਨੂੰ ਦੁਬਾਰਾ ਤੁਸੀਂ ਇਸ ਤਰ੍ਹਾਂ ਵਾਪਸ ਲਗਾਓਗੇ, ਇੰਜ ਬੰਦ ਹੋ ਜਾਏਗਾ। ਠੀਕ ਹੈ, ਇਹ ਸਾਡਾ ਸਰਦੀ ਔਰ ਗਰਮੀ ਦੋਨਾਂ ਚੱਲੇਗਾ, ਇਹ ਸਾਡਾ ਗਰਮੀ ਚੱਲ ਜਾਏਗਾ, ਇੰਜ ਇਸ ਨੂੰ ਬੰਦ ਕਰ ਦਾਂਗੇ, ਇਹ ਸਾਡਾ ਸਰਦੀ 'ਚ ਕੰਮ ਆ ਜਾਏਗਾ। ਠੀਕ ਹੈ ਜੀ, ਬਾਕੀ ਇੱਥੇ ਇੱਕ ਹੈਂਡਲ ਲੱਗਦਾ, ਲਾਟੂ ਜਿਹਨੂੰ ਕਹਿੰਦੇ ਨੇ, ਉਹ ਲੱਗਦਾ। ਠੀਕ ਹੈ, ਉਸ ਤੋਂ ਇਲਾਵਾ ਜਨਾਬ ਇਹ ਸਾਰਾ ਤਕਰੀਬਨ ਸਭ ਕੰਪਲੀਟ ਹੈਗਾ। ਪੌਣੀ ਦੀ ਇਹਦੀ ਲੱਕੜ ਦੀ ਬੇਸ ਹੈ, 3.5 ਇੰਚ ਇਹਦਾ ਜਿਹੜਾ ਵਾਇਆ, 3.5 ਇੰਚ ਚੌੜੀ ਹੈ, ਇੰਜ ਵੀ ਅਤੇ ਇੰਜ ਵੀ ਮੁਰੱਬੇ 'ਚ ਹੈਗੀ ਹੈ। ਠੀਕ ਹੈ ਨਾ, ਓਕੇ, ਮੈਂ ਤੁਹਾਨੂੰ ਵੀਡੀਓ ਸੈਂਡ ਕਰਦਾ।